ਵੈਲਕਮ ਬੈਕ ਟੂ आवर YouTube ਚੈਨਲ SK ਕੈਰੀਅਰ ਸੋ ਇੱਕ ਨੋਟਿਸ ਜੋ ਕਿ ਅਪਲੋਡ ਕੀਤਾ ਗਿਆ ਹੈ ਇਹ ਨੋਟਿਸ ਜਿਹੜਾ ਹੈ ਪ੍ਰਿੰਸੀਪਲਸ ਜੋ ਡਾਈਟ ਦੇ ਪ੍ਰਿੰਸੀਪਲ ਨੇ ਉਹਨਾਂ ਦੇ ਲਈ ਹੈ ਜੋ ਕਿ 41/61 ਮਾਸਟਰ ਕੈਡਰ ਰਿਕਰੂਟਮੈਂਟ ਦੇ ਪ੍ਰੋਸੈਸ ਦੇ ਲਈ ਜੋ ਟ੍ਰੇਨਿੰਗ ਲੱਗਣੀ ਹੈ ਉਸ ਟ੍ਰੇਨਿੰਗ ਦੇ ਰਿਗਾਰਡਿੰਗ ਉਹਨਾਂ ਨੂੰ ਜਿਹੜਾ ਕੁਝ ਹਦਾਇਤਾਂ ਦਿੱਤੀਆਂ ਗਈਆਂ ਨੇ ਉਮੀਦਵਾਰਾਂ ਦੇ ਲਈ ਤਾਂ ਇਸ ਨੋਟਿਸ ਦੇ ਵਿੱਚ ਫਰਸਟ ਪੁਆਇੰਟ ਦੇ ਵਿੱਚ ਲਿਖਿਆ ਹੋਇਆ ਸਮੂਹ ਯੋਗ ਉਮੀਦਵਾਰ ਜਿਹੜੇ ਹੈ ਮਿਤੀ 9/5/2023 ਮਿੰਜ਼ ਇਥੋਂ ਇਹ ਕਲੀਅਰ ਹੁੰਦਾ ਹੈ ਕਿ ਕੱਲ ਤੋਂ ਜਿਹੜੇ ਹੈ ਟ੍ਰੇਨਿੰਗ ਜਿਹੜੀ ਹੈ ਉਹ ਸਟਾਰਟ ਹੋ ਜੇਗੀ ਸਿਲੇਕਟਡ ਕੈਂਡੀਡੇਟ ਦੀ ਤਾਂ ਰਿ ਆਈ ਸੀ ਜਿਹੜੀ ਹੈ ਡਾਈਟ ਜਿਹੜੀ ਵਿੱਚ ਹਾਜ਼ਰੀ ਰਿਪੋਰਟ ਉਹਨਾਂ ਦੀ ਜਿਹੜੀ ਹੈ ਪੇਸ ਕੀਤੀ ਜਾਏਗੀ ਜੋ ਉਮੀਦਵਾਰ ਆਣਗੇ ਉਹਨਾਂ ਦੀ ਹਾਜ਼ਰੀ ਦਾ ਜਿਹੜਾ ਵੇਰਵਾ ਹੈ ਉਹਨਾਂ ਨੂੰ ਜਿਹੜਾ ਪ੍ਰਿੰਸੀ ਡਾਈਟ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਦੇਣਾ ਪਵੇਗਾ ਉਸ ਤੋਂ ਬਾਅਦ ਜਿਹੜਾ ਸੈਕੰਡ ਪੁਆਇੰਟ ਹੈ ਕਿ ਸਮੂਹ ਡਾਈਟ ਮੁਖਿਆਂ ਨੂੰ ਜਿਹੜਾ ਹੈ ਹਦਾਇਤ ਦਿੱਤੀ ਜਾਂਦੀ ਹੈ ਕਿ ਯੋਗ ਉਮੀਦਵਾਰਾਂ ਨੂੰ ਜਿਹੜਾ ਹੈ ਹਾਜ਼ਰ ਕਰਵਾਉਣ ਲਈ ਉਹਨਾਂ ਦੀ ਸਬੰਧੀ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂ ਕੀ ਕਿਵੇਂ ਉਹਨਾਂ ਨੂੰ ਹਾਜ਼ਰ ਕਰਵਾਉਣਾ ਹੈ ਤਾਂ ਉਸ ਤੋਂ ਬਾਅਦ 3rd ਪੁਆਇੰਟ ਹੈ ਕਿ ਸਮੂਹ ਸਮੂਹ ਡਾਈਟ ਜਿਹੜੇ ਮੁੱਖੀ ਵਿਭਾਗ ਵੱਲੋਂ ਭੇਜੀ ਜਿਹੜੀ ਮੈਰਿਟ ਲਿਸਟ ਦੇ ਆਧਾਰ ਤੇ ਜਿਹੜੇ ਜੋਗ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਅਨੁਕਤੀ ਸੰਬੰਧੀ ਉਹਨਾਂ ਵੱਲੋਂ ਪੇਸ਼ ਕੀਤੇ ਜਿਹੜੇ ਦਸਤਾਵੇਜ਼ ਦੀ ਜਿਹੜੀ ਹੈ ਉਹਨਾਂ ਨੂੰ ਵੈਰੀਫਾਈ ਕਿੰਨਾ ਕੀਤਾ ਜਾਣਾ ਹੈ ਸਨਾਖਤ ਕਰਦੇ ਹੋਏ ਉਹਨਾਂ ਦੀ ਜਿਹੜੀ ਹੈ ਹਾਜ਼ਰੀ ਜਿਹੜੀ ਹੈ ਉਹ ਕਰਵਾਉਣਗੇ ਉਸ ਤੋਂ ਬਾਅਦ 4th ਪੁਆਇੰਟ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਉਮੀਦਵਾਰ ਜਿਹੜੇ ਨੇ ਜੋ ਨੱਥੀ ਫਾਰਮੈਟ ਅਨੁਸਾਰ ਜਿਹੜੀ ਹਾਜ਼ਰੀ ਰਿਪੋਰਟ ਜਿਹੜੇ ਇਸ ਜਿਹੜੇ ਲੈਟਰ ਦੇ ਜਿਹੜੇ ਵਿੱਚ ਹੇਠੇ ਜਿਹੜਾ ਹੈ ਅਟੈਚ ਵੀ ਕੀਤੇ ਹੋਏ ਨੇ ਹਾਜ਼ਰੀ ਰਿਪੋਰਟ ਤੇ ਜਿਹੜਾ ਹੈ ਸਭੀ ਕੋਸ਼ਨਾ ਪੱਤਰ ਜਿਹੜਾ ਉਹ ਯਕੀਨੀ ਬਣਾਇਆ ਜਾਵੇ ਤੇ ਉਮੀਦਵਾਰ ਨੂੰ ਉਸ ਦੇ ਅਨੁਕਤੀ ਸੰਬੰਧੀ ਜਿਹੜੇ ਦਸਤਾਵੇਜ਼ ਅਤੇ ਵੇਰਵਿਆਂ ਦੀ ਪੁਸ਼ਟੀ ਹੋਣ ਉਪਰੰਤ ਹੀ ਜਿਹੜਾ ਹੈ ਉਹਨੂੰ ਹਾਜ਼ਰ ਕਰਵਾਇਆ ਜਾਵੇਗਾ ਤੇ ਅਗਰ ਕੋਈ ਗਲਤ ਉਮੀਦਵਾਰ ਨੂੰ ਜਿਹੜਾ ਹਾਜ਼ਰ ਕਰਵਾਇਆ ਜਾਂਦਾ ਹੈ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਫਿਰ ਜੋ ਡਾਇਟ ਦੇ ਕਰਮਚਾਰੀ ਨੇ ਉਹਨਾਂ ਦੀ ਹੋਏਗੀ ਉਸ ਤੋਂ ਬਾਅਦ ਜਿਹੜਾ 5th ਪੁਆਇੰਟ ਦੇ ਵਿੱਚ ਹੈ ਕਿ ਕਿਸੇ ਉਮੀਦਵਾਰ ਜੇਕਰ ਕਿਸੇ ਉਮੀਦਵਾਰ ਦੇ ਜਿਨ੍ਹਾਂ ਨੇ ਇੱਕ ਤੋਂ ਜਿਹੜੀਆਂ ਵੱਧ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੋਇਆ ਜਿਵੇਂ ਓਪਨ ਦੇ ਵਿੱਚ ਤੇ ਈਡਬਲਯੂਐਸ ਕੈਟਾਗਰੀ ਦੇ ਨੇ ਜਾਂ ਕਿਸੇ ਅਲੱਗ ਵਿਸ਼ੇ ਦੇ ਵਿੱਚ ਦੋਵਾਂ ਦੇ ਵਿੱਚ ਜਿਹੜਾ ਨਾਮ ਆ ਰਿਹਾ ਤਾਂ ਉਹ ਜਿਹੜਾ ਹੈ ਡਾਈਟ ਵੱਲੋਂ ਜਿਹੜਾ ਹੈ ਉਹਨਾਂ ਨੂੰ ਇੱਕ ਕੈਟਾਗਰੀ ਜਾਂ ਇੱਕ ਵਿਸ਼ੇ ਦੇ ਵਿੱਚ ਜਿਹੜਾ ਹੈ ਉਹਨਾਂ ਤੋਂ ਇੱਕ ਨਿਯੁਕਤੀ ਪੱਤਰ ਲਿਆ ਜਾਏਗਾ ਜੋ ਜਾਂ ਜਿਹੜਾ ਸਵੀ ਕੋਸ਼ਨ ਸੈਲਫ ਜਿਹੜਾ ਡਿਕਲੇਰੇਸ਼ਨ ਲਿਆ ਜਾਏਗਾ ਉਹਨਾਂ ਤੋਂ ਤੇ ਲਿਖਿਆ ਇਸ ਦੀ ਜਿਹੜੀ ਹੈ ਪੁਸ਼ਟੀ ਸਮੂਹ ਡਾਇਟ ਮੁਖੀ ਕਰਨਗੇ ਇਸ ਸਬੰਦੇ ਜਿਹੜਾ ਮੁਕੰਮਲ ਡਾਟਾ ਬਾਧ ਵਿੱਚ ਸਮੂਹ ਡਾਟਾ ਤੋਂ ਜਿਹੜਾ ਹੈ ਵਿਪਾਗ ਵੱਲੋਂ ਲਿਆ ਜਾਏਗਾ ਉਸ ਤੋਂ ਬਾਅਦ ਜਿਹੜਾ ਵਿਪਾਗ ਇਹਨਾਂ ਤੋਂ ਜਿਹੜੀ ਜਾਣਕਾਰੀ ਹੈ ਉਹ ਕਲੈਕਟ ਕਰੇਗਾ 6th ਪੁਆਇੰਟ ਦੇ ਵਿੱਚ ਹੈ ਹਾਜ਼ਰ ਕਰਵਾਉਣ ਵਾਲੇ ਅਧਿਕਾਰੀ ਕਰਮਚਾਰੀ ਸਭੀ ਕੋਸ਼ਨਾ ਪੱਤਰ ਵਿੱਚ ਜਿਹੜਾ ਹੈ ਦਰਜ ਸਰਤਾਂ ਅਨੁਸਾਰ ਯੋਗ ਉਮੀਦਵਾਰਾਂ ਤੋਂ ਪੁਸ਼ਟੀ ਕਰਵਾਉਣਗੇ ਕਿ ਉਹਨਾਂ ਵਿਰੁੱਧ ਕੋਈ ਵੀ ਜਿਹੜਾ ਹੈ ਕਿਸਮ ਦੀ ਜਿਹੜੀ ਐਫ ਆਈ ਆਰ ਜਾਂ ਮੁਕੱਦਮਾ ਜਿਹੜਾ ਇਹਨਾਂ ਦਾ ਕੇਸ ਵਗੈਰਾ ਜਾਂ ਕੋਈ ਵੀ ਕਿਸੇ ਕੈਂਡੀਡੇਟ ਤੇ ਨਾ ਚੱਲਦਾ ਹੋਵੇ ਤਾਂ ਇਹ ਹਦਾਇਤ ਜੋ ਕਿ ਡਾਈਟ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਵੱਲੋਂ ਜਿਹੜਾ ਉਹਨਾਂ ਨੂੰ ਜਿਹੜੀਆਂ ਅਦਾਇਤਾਂ ਦਿੱਤੀਆਂ ਗਈਆਂ ਨੇ ਕੱਲ ਦੇ ਲਈ ਜੋ ਟ੍ਰੇਨਿੰਗ ਤੇ ਜਾਣਗੇ ਤਾਂ ਇਹ ਸਵੇੇ ਕੋਸ਼ਨਾ ਪੱਤਰ ਤੇ ਹਾਜ਼ਰੀ ਸੰਬੰਧੀ ਜਿਹੜੇ ਹੈ ਉਹ ਜਿਹੜੀ ਰਿਪੋਰਟ ਹੈ ਇਸ ਦੇ ਵਿੱਚ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਇਸ ਨੋਟਿਸ ਦੇ ਵਿੱਚ ਤਾਂ ਇਹ ਨੋਟਿਸ ਜਿਹੜਾ ਹੈ ਤੁਸੀਂ ਵੇਖ ਸਕਦੇ ਹੋ ਇਸ ਤੋਂ ਕਲੀਅਰ ਹੁੰਦਾ ਹੈ ਕਿ ਕੱਲ ਤੋਂ ਜਿਹੜੀ ਤੁਹਾਡੀ ਡਾਈਟ ਦੇ ਵਿੱਚ ਜਿਹੜੀ ਹੈ ਟ੍ਰੇਨਿੰਗ ਉਹ ਸਟਾਰਟ ਹੋਣ ਜਾ ਰਹੀ ਹੈ ਸੋ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਜਿਹੜਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਥੈਂਕਸ ਫॉर ਵਾਚਿੰਗ ਥਿਸ ਵੀਡੀਓ